ਹੁਣ ਨਹੀਂ ਦੁਸ਼ਮਣਾਂ ਦੀ ਖੈਰ। ਆਰਮੀ ਨੂੰ ਮਿਲਿਆ ਇਹ ਛੋਟਾ ਟਰੱਕ। ਬਰਫ ਹੋਵੇ, ਰੇਗਿਸਤਾਨ ਹੋਵੇ, ਪਾਣੀ ਹੋਵੇ, ਚਾਹੇ ਹੁਣ ਵੱਡੇ ਵੱਡੇ ਪੱਥਰ, ਹਰ ਚੁਣੌਤੀ ਨੂੰ ਪਾਰ ਕਰੇਗਾ ਇਹ ਐਸਐਮਵੀ ਵਹੀਕਲ। ਇੰਡੀਅਨ ਆਰਮੀ ਨੂੰ ਹੁਣ ਮਿਲਣ ਜਾ ਰਹੇ ਹੈ ਇਸ ਤਰ੍ਹਾਂ ਦੇ ਟਰੱਕ, ਔਰ ਬਹੁਤ ਹੀ ਅਪਡੇਸ਼ਨ, ਕਾਫੀ ਇਹਦੇ ਵਿੱਚ ਚੀਜ਼ਾਂ ਲੈਸ ਨੇ ਕਿ ਕਿਸ ਤਰ੍ਹਾਂ, ਚਾਹੇ ਉਹ ਗਲੇਸ਼ੀਅਰ ਹੋਵੇ, ਚਾਹੇ ਉਹ ਪਹਾੜੀ ਏਰੀਆ ਹੋਵੇ, ਇਸ ਤਰ੍ਹਾਂ ਦੇ ਹੁਣ ਟਰੱਕ ਇੰਡੀਅਨ ਆਰਮੀ ਜਿਹੜੀ ਹੈ ਉਹ ਯੂਜ਼ ਕਰੇਗੀ। ਔਰ ਬਹੁਤ ਹੀ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਇੰਡੀਆ ਮੇਡ ਨੇ, JSW ਗੈਕੋ ਕੰਪਨੀ ਵੱਲੋਂ ਇਹਨਾਂ ਨੂੰ ਪੂਰਾ ਤਿਆਰ ਕੀਤਾ ਗਿਆ, ਔਰ ਇਹਦੇ ਵਿੱਚ ਕਈ ਚੀਜ਼ਾਂ ਦੀ ਖਾਸੀਅਤ ਹੈ, ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੇ। ਜਿਹੜੇ ਡਾਇਰੈਕਟਰ ਨੇ ਜਸਕੀਰਤ ਜੀ, ਉਹ ਸਾਡੇ ਨਾਲ ਜੁੜਨਗੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਸਰ, ਸਭ ਤੋਂ ਪਹਿਲਾਂ ਤਾਂ ਨਿਊਜ਼ 18 ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਸੋ ਮਚ ਜਸਕੀਰਤ ਜੀ। ਕਿਉਂਕਿ ਇਹ ਟਰੱਕ ਬਿਲਕੁਲ ਆਪਣੇ ਆਪ 'ਚ ਇੱਕ ਡਿਫਰੈਂਟ ਦਿਸਦਾ ਹੈ, ਇਹਦੇ 'ਚ ਖਾਸੀਅਤ ਕੀ ਹੈ ਔਰ ਸਪੈਸ਼ਲੀ ਇਹਨੂੰ ਕਿਸ ਤਰ੍ਹਾਂ ਮੈਨੂਫੈਕਚਰ? ਇਹ ਜਿਹੜੀ ਗੱਡੀ ਤੁਹਾਡੇ ਸਾਹਮਣੇ ਖੜੀ ਹੈ, ਇਹਨੂੰ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਕਹਿੰਦੇ ਨੇ। ਸਪੈਸ਼ਲਿਸਟ ਮੋਬਿਲਿਟੀ ਦਾ ਮਤਲਬ ਹੈ ਕਿ ਉਸ ਇਲਾਕੇ ਜਾਣ ਵਾਸਤੇ ਇਜਾਜ਼ ਕੀਤੀ ਗਈ ਹੈ ਕਿ ਜਿੱਥੇ ਨੋਰਮਲ ਵਹੀਕਲ ਨਹੀਂ ਜਾ ਸਕਦੀਆਂ। ਓਕੇ, ਤੁਸੀਂ ਇੱਕ ਇਗਜ਼ਾਮਪਲ ਲੈ ਲਓ, ਰਨ ਆਫ ਕੱਚ ਏਰੀਆ ਜਿੱਥੇ ਦਲਦਲ ਹੈ ਬਹੁਤ ਜ਼ਿਆਦਾ, ਉੱਥੇ ਚੱਲਣਾ ਵੀ ਮੁਸ਼ਕਿਲ ਹੁੰਦਾ ਹੈ, ਪਰ ਉੱਥੇ ਇਸ ਗੱਡੀ ਨੂੰ ਲਿਜਾ ਕੇ ਤੁਸੀਂ ਸਮਾਨ, ਮੈਨਪਾਵਰ ਟ੍ਰਾਂਸਫਰ ਕਰਨੀ, ਉਹਨਾਂ ਨੂੰ ਲਿਜਾਣ ਵਾਸਤੇ ਕੰਮ ਆਉਂਦੀ ਗੱਡੀ। ਓਕੇ, ਪਹਾੜੀ ਇਲਾਕੇ ਵਿੱਚ ਜਿੱਥੇ ਕਈ ਵਾਰੀ ਬਰਫ਼ ਜੰਮ ਜਾਂਦੀ ਹੈ, ਸਮੁੰਦਰ ਚਿਰੀ ਝੀਲ ਹੈ ਉਹ ਜੰਮ ਜਾਂਦੀ ਹੈ, ਉਹਦੇ 'ਚ ਬੋਟ ਚਲਾਉਣੀ ਮੁਸ਼ਕਿਲ ਹੁੰਦੀ ਹੈ, ਉਸ ਏਰੀਆ ਵਿੱਚ ਜਾ ਕੇ ਇਹ ਆਈਸ ਦੇ ਉੱਤੇ ਚੱਲ ਸਕਦੀ ਹੈ, ਪਾਣੀ ਵਿੱਚ ਤੈਰ ਸਕਦੀ ਹੈ ਗੱਡੀ। ਨਾਲ ਨਾਲ ਇਹ ਦਿਖਾ ਦਈਏ ਸ਼ਾਰਟਸ ਵੀ ਕਿਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ, ਪ੍ਰੋਡਕਸ਼ਨ ਟੀਮ ਕਿਸ ਤਰ੍ਹਾਂ ਕੰਮ ਕਰ ਰਹੀ ਹੈ। ਇਹ ਸਾਡੀ ਅਸੈਂਬਲੀ ਲਾਈਨ ਹੈ, ਅਸੀਂ ਸੈਟਅਪ ਕੀਤੀ ਸੀ ਅਕਤੂਬਰ ਤੋਂ ਜਨਵਰੀ ਸੈਟਅਪ ਹੋਈ ਸੀ, ਜਨਵਰੀ ਆਨਵਰਡ ਇਹ ਪ੍ਰੋਡਕਸ਼ਨ ਕਰ ਰਹੀ ਹੈ। ਠੀਕ ਹੈ, ਅਤੇ ਇਸੇ ਡਿਫਰੈਂਟ ਸਟੇਜਿਸ ਨੇ, ਹਰ ਸਟੇਜ ਦੇ ਵਿੱਚ ਸਪੈਸ਼ਲਿਸਟ ਨੇ ਜਿਹੜਾ ਆਪਣਾ ਕੰਮ ਕਰਦੇ ਨੇ। ਠੀਕ ਹੈ, ਬਿਲਕੁਲ ਜ਼ੀਰੋ ਤੋਂ ਸ਼ੁਰੂ ਹੁੰਦੀ, ਚੈਸੀ ਤੋਂ ਸਟਾਰਟ ਹੋ ਕੇ ਪਾਪੂਲੇਟ ਹੁੰਦੀ ਹੈ, 10 ਸਟੇਜਿਸ ਵਿੱਚ ਆ ਕੇ ਗੱਡੀ ਪੂਰੀ ਤਿਆਰ, ਪੂਰੀ ਗੱਡੀ ਟੋਟਲ ਇਸੇ ਜਿਹੜੀ ਹੈਗੀ ਇਹ ਸਾਰੀ ਗੱਡੀ ਫੈਕਟਰੀ 'ਚ ਬਣਦੀ ਹੈ। ਠੀਕ ਹੈ, ਕਈ ਪਾਰਟਸ ਨੇ ਜਿਹੜੇ ਅਸੀਂ ਬਾਹਰੋਂ ਸੋਰਸ ਕਰਦੇ ਹਾਂ, ਇੰਡੀਅਨ ਮੈਨੂਫੈਕਚਰਰਸ, ਸਾਡੀ ਲੋਕਲਾਈਜੇਸ਼ਨ ਕੰਟੈਂਟ ਬਹੁਤ ਜ਼ਿਆਦਾ ਹੈ। ਠੀਕ ਹੈ, ਅਪ ਟੂ 70% ਲੋਕਲਾਈਜ਼ ਕਰ ਲਈ ਅਸੀਂ ਵਿਦ ਸਪਲਾਈ ਬੇਸ ਅਰਾਊਂਡ ਚੰਡੀਗੜ੍ਹ। ਓਕੇ, ਅਤੇ ਉੱਥੋਂ ਸਮਾਨ ਆਉਂਦਾ, ਉਹਦੇ 'ਚੋਂ ਫਿਰ ਅਸੀਂ ਲੋਕ ਟ੍ਰੇਨ ਕੀਤੇ ਨੇ ਜਿਹੜੇ ਕਿ ਹਰ ਸਟੇਜ ਨੂੰ ਆਪਣੇ ਆਪ ਚੰਗੇ ਤਰੀਕੇ ਨਾਲ ਸਮਝਦੇ ਨੇ, ਅਤੇ ਉਸ ਹਿਸਾਬ ਨੇ ਆਪਣਾ ਕੰਮ ਇਹ ਕੰਟਰੀਬਿਊਟ ਕਰਦੇ। ਜਿਸ ਤਰ੍ਹਾਂ ਤੁਸੀਂ ਹੁਣ ਦੇਖ ਸਕਦੇ ਹੋ, ਇਹ ਜਿਹੜੀ ਗੱਡੀ, ਇਹ ਸਟੇਜ ਹੈ, ਇੱਥੇ ਇਹਦੇ ਇੰਟੀਰੀਅਰਸ ਤਿਆਰ ਹੋ ਰਹੇ ਨੇ। ਓਕੇ, ਜਿੱਥੇ ਇਹਦੀ ਇੱਕ ਇੱਕ ਪੁਆਇੰਟ 'ਤੇ ਇੱਕ ਇੱਕ ਪੁਰਜ਼ਾ ਕਹਿ ਸਕਦੇ ਹਾਂ ਕਿ ਇਸ ਨੂੰ ਪੂਰਾ ਅਸੈਂਬਲ ਕੀਤਾ ਜਾਂਦਾ ਹੈ, ਪੂਰਾ ਇੱਕ ਇੱਕ ਪੁਰਜ਼ਾ ਅਸੈਂਬਲ ਕਰਕੇ ਜਦੋਂ ਸ਼ੁਰੂ ਹੁੰਦੀ ਹੈ ਅਤੇ ਬਿਲਕੁਲ ਰੋ ਚੈਸੀ ਤੋਂ ਸ਼ੁਰੂ ਹੁੰਦੀ ਹੈ, ਉਹਦੇ ਬਾਅਦ ਇਹਦੇ 'ਚ ਇੰਜਨ ਇੰਸਟਾਲ ਹੁੰਦਾ ਹੈ, ਉਹਦੇ ਬਾਅਦ ਇਹਦੇ ਜਿਹੜੇ ਟ੍ਰਾਂਸਮਿਸ਼ਨ, ਕੂਲਿੰਗ ਸਿਸਟਮ, ਆਇਲ, ਹਾਈਡ੍ਰੋਲਿਕ, ਨਿਊਮੈਟਿਕ, ਸਾਰਾ ਸਿਸਟਮ ਇਹਦੇ 'ਚ ਇੰਸਟਾਲ। ਯਾਨੀ ਕਿ ਸਰ, ਇਹਦੇ ਜਿਹੜੇ ਟਾਇਰ ਹੈ ਉਹ ਵੀ ਆਫ ਰੋਡ ਹੈ ਔਰ ਇਹੀ ਟਾਇਰ ਯੂਜ਼ ਹੁੰਦੇ, ਇਹਨਾਂ ਦਾ ਫਾਇਦਾ ਕੀ ਹੈ ਜੀ ਆਪਾਂ ਟੈਕਨੀਕਲੀ? ਬੜੇ ਸਪੈਸ਼ਲ ਟਾਇਰ ਨੇ, ਇਹਨਾਂ ਨੂੰ ਅਲਟਰਾ ਲੋ ਪ੍ਰੈਸ਼ਰ ਟਾਇਰ ਕਹਿੰਦੇ ਨੇ। ਓਕੇ, ਇਹ ਟਾਇਰ ਇੱਕ ਤਾਂ ਓਬਵੀਅਸਲੀ ਗੱਡੀ ਨੂੰ ਚਲਾਉਣ ਵਾਸਤੇ ਕੰਮ ਆਉਂਦੇ ਨੇ, ਉਹਦੇ ਇਲਾਵਾ ਇਹਦੀ ਸਸਪੈਂਸ਼ਨ ਦਾ ਕੰਮ ਵੀ ਟਾਇਰ ਹੀ ਕਰਦੇ ਨੇ। ਓਕੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਨੋਰਮਲ ਗੱਡੀ ਹੋਏਗੀ, ਜਿੱਥੇ ਤੁਹਾਡੀ ਜੀਪ ਹੋ ਗਈ ਜਾਂ ਕੋਈ ਪਿਕਅਪ ਹੋ ਗਈ, ਉਹਦੇ ਅੰਦਰ ਟਾਇਰ ਦਾ ਪ੍ਰੈਸ਼ਰ ਹੁੰਦਾ 35-40 PSI ਹੁੰਦਾ, ਇਹ ਚੱਲਦੇ ਨੇ 2.5-3.5 PSI ਦੇ ਉੱਤੇ। ਠੀਕ ਹੈ, ਕਿਉਂਕਿ ਸਰ ਇਹ ਇੰਡੀਅਨ ਆਰਮੀ 'ਚ ਯੂਜ਼ ਹੋਣੀ ਗੱਡੀ, ਤਾਂ ਜੇਕਰ ਕੋਈ ਫਾਇਰ ਹੁੰਦਾ ਹੈ, ਫਾਇਰ ਬੁਲਟ ਲੱਗਦਾ, ਉਹਦਾ ਇਹ ਛੇਲ ਲੈਂਦੀ ਹੈ? ਹਾਂ, ਬਿਕੋਜ਼ ਪ੍ਰੈਸ਼ਰ ਇੰਨਾ ਘੱਟ ਹੈ, ਇਹਨੂੰ ਲੋ ਪ੍ਰੈਸ਼ਰ ਹੋਣ ਕਰਕੇ ਬੁਲਟ ਲੱਗ ਵੀ ਜਾਏ ਤਾਂ ਇਹਨੂੰ ਫਰਕ ਨਹੀਂ ਪਏਗਾ। ਇਹਦੇ ਖਾਸ ਕਰਕੇ ਇੱਕ ਹੋਰ ਚੀਜ਼ ਜਿਹੜੀ ਇੰਪੋਰਟੈਂਟ ਹੈ ਕਿ ਜਿਹੜੀ ਇਹਦਾ ਇਨਫਲੇਸ਼ਨ ਹੈ, ਡਿਫਲੇਸ਼ਨ, ਹਵਾ ਭਰਨ ਦਾ ਤਰੀਕਾ,
ਇਹ ਕੰਪਰੈਸਡ ਏਅਰ ਨਾਲ ਨਹੀਂ ਭਰਿਆ ਜਾਂਦਾ, ਇਹ ਇੰਜਨ ਦੇ ਐਗਜ਼ੌਸਟ ਤੋਂ ਭਰੀ ਜਾਂਦੀ ਹੈ। ਓਕੇ, ਉਹ ਬੜਾ ਅਹਿਮ ਮੁੱਦਾ ਇਹਦਾ ਕਿ ਐਗਜ਼ੌਸਟ ਨਾਲ ਭਰੀ ਜਾਂਦੀ ਅਤੇ ਅਗਰ ਤੁਹਾਡੀ ਗੋਲੀ ਲੱਗ ਜਾਏ ਤਾਂ ਲੀਕੇਜ ਵੀ ਹੋ ਜਾਏ, ਇੰਜਨ ਦਾ ਐਗਜ਼ੌਸਟ ਦਾ ਪ੍ਰੈਸ਼ਰ ਇੰਨਾ ਹੁੰਦਾ ਕਿ ਟਾਇਰ ਨੂੰ ਇਨਫਲੇਟਡ ਰੱਖੇ। ਇੱਕ ਪੋਜ਼ਿਟਿਵ ਪੁਆਇੰਟ ਹੈ ਇਹ ਸਰ। ਤੁਹਾਡੀ ਸਾਰੀ ਪ੍ਰੋਡਕਸ਼ਨ ਟੀਮ, ਸਾਡੀ ਪ੍ਰੋਡਕਸ਼ਨ ਟੀਮ ਇਸ ਸਟੇਜ ਦੇ ਉੱਤੇ ਏਅਰ ਕੰਡੀਸ਼ਨਰ ਅਸੈਂਬਲ ਹੋ ਰਿਹਾ। ਓਕੇ, ਪੂਰੀ ਗੱਡੀ ਏਅਰ ਕੰਡੀਸ਼ਨ? ਅਲੱਗ ਅਲੱਗ ਮਾਡਲ ਆਉਂਦੇ ਨੇ, ਕਈ ਵੇਰੀਐਂਟ ਏਅਰ ਕੰਡੀਸ਼ਨ ਨੇ, ਕਈ ਵੇਰੀਐਂਟ ਏਅਰ ਕੰਡੀਸ਼ਨ ਨਹੀਂ ਹੁੰਦੇ। ਇਹ ਪਰਟੀਕੁਲਰ ਮਾਡਲ ਏਅਰ ਕੰਡੀਸ਼ਨ ਮਾਡਲ ਬਣ ਰਿਹਾ, ਇਹਦੇ ਉੱਤੇ ਏਸੀ ਲੱਗ ਰਿਹਾ। ਸਾਡੇ ਕੋਲ ਸਾਡੇ ਮਾਡਲ ਨੇ ਜਿਹੜੇ ਕਿ ਪਿਕਅਪ ਤੋਂ ਲੈ ਕੇ ਪੀਪਲ ਕੈਰੀਅਰ ਏਅਰ ਕੰਡੀਸ਼ਨ ਮਾਡਲ, ਡਿਪੈਂਡਿੰਗ ਔਨ ਜਿਹੜੀ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਨਾਲ ਐਂਬੂਲੈਂਸ ਵੀ ਬਣ ਸਕਦੀ ਹੈ ਜੀ। ਬਿਲਕੁਲ ਸਰ, ਜਿੱਦਾਂ ਅਸੈਂਬਲ ਹੋ ਰਿਹਾ ਵੱਖ ਵੱਖ ਪਾਰਟਸ ਜਿਹੜੇ ਹੈ ਉਹਨਾਂ ਨੂੰ ਸਾਰੇ ਨੂੰ ਵੱਖ ਵੱਖ ਕਰਕੇ ਫਿਰ ਇਹ ਪੂਰਾ ਅਸੈਂਬਲ ਕੀਤਾ ਜਾਂਦਾ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਹਰ ਸਟੇਜ ਸਪੈਸ਼ਲਾਈਜ਼ ਕਰਦੀ ਹੈ ਆਪਣੇ ਉਸ ਸਟੇਜ ਦੇ ਰਿਕੁਆਇਰਮੈਂਟ ਵਾਸਤੇ, ਉਹਦੇ ਨਾਲ ਹੀ ਸਭ ਸਟੇਜਸ ਨੇ ਜਿਹੜੀ ਕਿ ਉਸ ਸਟੇਜ ਨੂੰ ਫੀਡ ਕਰਦੀਆਂ ਨੇ ਉਹਦੇ ਕੰਪੋਨੈਂਟ। ਜਿਸ ਤਰ੍ਹਾਂ ਵਿੰਡੋਜ਼ ਬਣ ਰਹੀਆਂ, ਵਿੰਡੋਜ਼ ਆ ਕੇ ਸਟੇਜ 'ਤੇ ਆਈ ਗੱਡੀ 'ਤੇ, ਫਿਰ ਵਿੰਡੋਜ਼ ਲੱਗਣਗੀਆਂ। ਪਿਛਲੀ ਸਟੇਜ ਅਸੀਂ ਵੈਸੇ ਪ੍ਰੋਡਕਸ਼ਨ ਲਾਈਨ ਦੇ ਆਪੋਜ਼ਿਟ ਜਾ ਰਹੇ ਹਾਂ, ਫਲੋ ਪ੍ਰੋਡਕਸ਼ਨ ਉਸ ਪਾਸੋਂ ਸ਼ੁਰੂ ਹੁੰਦੀ, ਉੱਥੋਂ ਸਟਾਰਟ ਹੁੰਦੀ ਹੈ ਸਟੇਜ ਨੰਬਰ 1, 2, 3, 4, 5, ਉਸ ਪਾਸੇ 10 ਸਟੇਜ ਖਤਮ ਹੁੰਦੀ ਹੈ। ਯਾਨੀ ਕਿ ਇਹ ਟੈਕਨੀਕਲੀ ਵਿੰਗ ਹੈ, ਦੇ ਆਰ ਡੂਇੰਗ ਹਾਈਡ੍ਰੋਲਿਕ ਸਿਸਟਮ ਤਿਆਰ ਕਰ ਰਹੇ ਨੇ, ਕੋਈ ਨਿਊਮੈਟਿਕ ਸਿਸਟਮ ਤਿਆਰ ਕਰ ਰਿਹਾ। ਓਕੇ, ਐਂਡ ਪਿੱਛੇ ਤੁਸੀਂ ਦੇਖੋ ਕਿ ਜਿੰਨੇ ਵੀ ਸਟੇਜ ਹੈ ਉਹ ਵੱਖ ਵੱਖ ਜਿਹੜੇ ਹੈਗੇ, ਜਿਹੜੇ ਵੀ ਪ੍ਰੋਡਕਸ਼ਨ ਟੀਮ ਅਲੱਗ ਹੈ, ਦੂਜੀ ਟੀਮਸ ਅਲੱਗ ਹੈ, ਉਹ ਸਾਰਾ ਕੰਮ ਜਿਹੜਾ ਉਹ ਅਲੱਗ ਕਰਦੀ। ਜਿਸ ਤਰ੍ਹਾਂ ਇਹ ਸਟੇਜ ਤੁਹਾਡੇ ਸਾਹਮਣੇ ਜਿਹੜੀ ਗੱਡੀ ਤਿਆਰ ਹੈ, ਇਹ ਬੋਡੀ ਤਿਆਰ, ਬੋਡੀ ਲੱਗ ਗਈ ਹੈ, ਬੋਡੀ ਦੀ ਸਟੇਜ ਪਿਛਲੇ ਸਟੇਜ 'ਤੇ ਬੋਡੀ ਬਣੀ ਸੀ ਉਹ ਅਸੈਂਬਲ ਹੋ ਗਈ ਹੈ। ਉਹਦੇ ਬਾਅਦ ਇਹਦੇ ਉੱਤੇ ਕੰਪੋਨੈਂਟਸ ਫਿੱਟ ਹੋਣਗੇ। ਥੱਲੇ ਤੁਸੀਂ ਚੈਸੀ ਦੇਖ ਸਕਦੇ ਹੋ, ਚੈਸੀ ਵਿੱਚ ਦੇ ਡਰਾਈਵ ਮੈਕੇਨਿਜ਼ਮ, ਟਰਾਂਸਮਿਸ਼ਨ ਸਾਰਾ ਲੱਗ ਚੁੱਕਿਆ ਹੈ। ਓਕੇ, ਕੂਲਿੰਗ ਸਿਸਟਮ ਲੱਗ ਰਿਹਾ ਇਹਨੂੰ, ਠੀਕ ਹੈ। ਯਾਨੀ ਕਿ ਇਹ ਪੂਰੀ ਬੋਡੀ ਤਿਆਰ ਹੋ ਚੁੱਕੀ ਹੈ, ਬੋਡੀ ਸੈਪਰੇਟਲੀ ਤਿਆਰ ਹੁੰਦੀ ਹੈ, ਫਿਰ ਉਹ ਬੋਡੀ ਸੈਪਰੇਟ ਤਿਆਰ ਹੋਣ ਕੇ ਉਹਦੇ ਬਾਅਦ ਇਹਨੂੰ ਸ਼ਿਫਟ ਕਰਕੇ ਅਸੀਂ ਚੈਸੀ ਦੇ ਉੱਤੇ ਅਸੈਂਬਲ ਕਰਦੇ ਹਾਂ। ਸਰ, ਇਹਦੀ ਬੋਡੀ ਜਿਹੜੀ ਕੀਤੀ ਜਾ ਰਹੀ ਹੈ ਅਸੈਂਬਲ, ਇਹਦੇ 'ਚ ਵੀ ਕੁਝ ਖਾਸ ਗੱਲ ਹੈ ਜਿਹੜੀ ਇਹ ਯੂਜ਼ ਹੋ ਰਹੀ ਹੈ ਸਾਰੀ? ਇਹ ਮਰੀਨ ਗ੍ਰੇਡ ਐਲੂਮੀਨੀਅਮ ਹੈ, ਇਹ ਇਸ ਲਈ ਬਣਾਇਆ ਗਿਆ ਕਿ ਗੱਡੀ ਨੂੰ ਹਲਕਾ ਰੱਖਣ ਵਾਸਤੇ, ਕਿਉਂਕਿ ਇਹਨੇ ਜਿੱਥੇ ਜਾਣਾ ਹੈ ਉੱਥੇ ਅਗਰ ਤੁਸੀਂ ਗੱਡੀ ਦਾ ਵੇਟ ਹੀ ਜ਼ਿਆਦਾ ਕਰ ਦਿਓਗੇ ਫਿਰ ਉਹਦੀ ਜਿਹੜੀ ਮੋਬਿਲਿਟੀ ਹੈ ਇਫੈਕਟ ਹੋ ਜਾਂਦੀ ਹੈ। ਤਾਂ ਇਹਨੂੰ ਹਾਈਲੀ ਮੋਬਾਈਲ ਬਣਾਉਣ ਵਾਸਤੇ ਬੋਡੀ ਦਾ ਵੇਟ ਬਹੁਤ ਘੱਟ ਰੱਖਿਆ ਗਿਆ। ਜਿਹੜੀ ਚੈਸੀ ਹੈ ਉਹ ਹਾਈ ਪੈਨੀਟ੍ਰੇਸ਼ਨ ਸਟੀਲ ਹੈ, ਬਾਕੀ ਬੋਡੀ ਸਾਰੀ ਐਲੂਮੀਨੀਅਮ ਦੀ ਹੈ। ਇੱਕ ਹੋਰ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਦੀ ਕੋਈ ਉਹ ਨਹੀਂ ਕੀਤੀ ਹੋਈ ਇਹਦੇ 'ਚ, ਸਾਰੀ ਬਿਲਡਿੰਗ ਨਹੀਂ ਹੋਈ, ਇਹ ਸਾਰੀ ਬੋਡੀ ਰਿਵੇਟਡ ਹੈ। ਅਗਰ ਤੁਸੀਂ ਕਿਸੇ ਏਅਰਕ੍ਰਾਫਟ ਨੂੰ ਦੇਖੋਗੇ ਜਾਂ ਤੁਸੀਂ ਕੋਈ ਫਾਰਮੂਲਾ 1 ਰੇਸ ਕਰੋਗੇ, ਉਹ ਸਾਰੀ ਰਿਵੇਟਿੰਗ ਹੁੰਦੀ। ਰਿਵੇਟਿੰਗ ਕੀ ਹੈ ਕਿ ਤੁਹਾਡਾ ਜਿਹੜਾ ਸਟ੍ਰੈਸ ਹੈ ਉਹ ਡਿਸਟ੍ਰੀਬਿਊਟ ਹੋ ਜਾਂਦਾ ਹੈ, ਔਰ ਜਿੱਥੇ ਜਿਹੜੀ ਜ਼ਿਆਦਾ ਗੱਡੀ ਜਾ ਕੇ ਫਲੈਕਸ ਹੁੰਦੀ ਹੈ ਉੱਥੇ ਵੈਲਡਿੰਗ ਟੁੱਟਣ ਦਾ ਖਤਰਾ ਰਹਿੰਦਾ। ਇਹ ਟੁੱਟਦੇ ਨਹੀਂ ਹੈ, ਇਹ ਟੁੱਟਦੇ ਨਹੀਂ, ਸਟ੍ਰੈਸ ਨੂੰ ਡਿਸਟ੍ਰੀਬਿਊਟ ਕਰ ਦਿੰਦਾ। ਇਹ ਪੂਰਾ ਜਿਹੜੀ ਹੈ ਚੈਸੀ ਬਣ ਰਹੀ ਹੈ, ਅਸੈਂਬਲ ਹੋ ਰਹੀ ਹੈ। ਤੇ ਸਰ, ਇਹਦੇ ਵਿੱਚ ਹੋਰ ਕਿਸ ਤਰ੍ਹਾਂ ਦੀ ਖਾਸੀਅਤ ਜਿਹੜੀ ਹੈ ਉਹ, ਕਿਉਂਕਿ ਹੁਣੇ ਤੁਸੀਂ 96 ਜਿਹੜੀ ਇੰਡੀਅਨ ਆਰਮੀ ਨੂੰ ਦਿੱਤੀ ਹੈ ਤਾਂ ਉਹਨਾਂ ਦਾ ਵੀ ਕਾਫੀ ਅੱਛਾ ਪੋਜ਼ਿਟਿਵ ਰਿਸਪੌਂਸ ਆਇਆ ਹੈ ਕਿ ਕਾਫੀ ਚੀਜ਼ਾਂ ਜਿਹੜੀਆਂ ਉਹ 96 ਜਿਹੜੀ ਗੱਡੀਆਂ ਨੇ ਦੇ ਉਹ ਡਿਪਲੋਏ ਹੋ ਰਹੇ ਨੇ ਅਕ੍ਰੋਸ ਬਾਰਡਰ, ਅਕ੍ਰੋਸ ਆਲ ਦੀ ਬਾਰਡਰਸ ਆਫ ਇੰਡੀਆ, ਐਂਡ ਹੁਣ ਉਹਨਾਂ ਦੀ ਡਿਪਲੋਇਮੈਂਟ ਰੈਜੀਮੈਂਟ ਯੂਨਿਟ ਲੈਵਲ 'ਤੇ ਵੀ ਹੋ ਰਹੀ ਹੈ। ਆਈ ਐਮ ਸ਼ੋਰ ਉਹਨਾਂ ਦੇ ਜਾਣ ਦੇ ਨਾਲ ਜਿਹੜੀ ਇੰਡੀਅਨ ਆਰਮੀ ਨੂੰ ਲਾਸਟ ਮਾਈਲ ਮੋਬਿਲਿਟੀ ਹੁੰਦੀ ਹੈ ਜਿੱਥੇ ਕਈ ਵਾਰੀ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ, ਉਹ ਬਹੁਤ ਫਾਇਦਾ ਹੋਏਗਾ। ਇਹਦੇ ਟ੍ਰਾਇਲਸ ਦੀ ਅਸੀਂ ਗੱਲ ਕਰੀਏ ਕਿਉਂਕਿ ਟ੍ਰਾਇਲਸ ਓਬਵੀਅਸਲੀ ਬਹੁਤ ਹੋਏ ਹੋਣੇ, ਟ੍ਰਾਇਲਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈਗੀਆਂ? ਤਾਂ ਟ੍ਰਾਇਲ ਦੇ 3 ਸਾਲ ਟ੍ਰਾਇਲ ਹੋਏ ਨੇ, ਸਟਾਰਟਿੰਗ ਫਰੋਮ ਰਾਜਸਥਾਨ ਤੋਂ ਸਟਾਰਟ ਹੋਇਆ, ਡੈਜ਼ਰਟ ਵਿੱਚ ਹੋਇਆ, ਰਨ ਆਫ ਕੱਚ ਵਿੱਚ ਦਲਦਲ ਵੀ ਟ੍ਰਾਇਲ ਹੋਏ, ਅਸਾਮ ਦੇ ਵੈਸਟ ਬੰਗਾਲ। ਇੰਜਨ ਦੀ ਇਹ ਸਰ ਇੰਜਨ ਦਾ ਪੂਰੀ ਟੈਸਟਿੰਗ ਹੋ ਰਹੀ ਹੈ, ਇਹਦਾ ਐਕਚੁਅਲੀ ਇੱਥੇ ਕੈਲੀਬਰੇਸ਼ਨ ਹੋ ਰਹੀ ਹੈ, ਜਿਹੜਾ ਇਹਦਾ ਸਟੇਅਰਿੰਗ ਮੈਕੇਨਿਜ਼ਮ ਹੈ ਉਹਦੀ ਕੈਲੀਬਰੇਸ਼ਨ ਚੱਲ ਰਹੀ ਹੈ। ਅੱਛਾ, ਯਾਨੀ ਕਿ ਸਾਰੀ ਚੀਜ਼ਾਂ ਟੈਸਟਿੰਗ ਹੁੰਦੀ ਹੈ ਟੈਕਨੀਕਲੀ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਹਰ ਸਟੇਜ 'ਤੇ ਟੈਸਟ ਹੁੰਦੀ। ਬਿਕੋਜ਼
ਇੱਕ ਨਾਰਮਲ ਕਾਰ ਅਗਰ ਖਰਾਬ ਹੋ ਜਾਏ ਤੇ ਉਹ ਸੜਕ ਤੇ ਖਰਾਬ ਹੁੰਦੀ ਹੈ, ਉੱਥੇ ਰਸਤੇ ਰਿਪੇਅਰ ਅਸਿਸਟੈਂਸ ਆ ਜਾਂਦੀ ਹੈ, ਬਟ ਇਹ ਗੱਡੀ ਜਿੱਥੇ ਚਲੀ ਜਾਂਦੀ ਹੈ ਉੱਥੇ ਦੂਜੀ ਗੱਡੀ ਕੋਈ ਜਾ ਨਹੀਂ ਸਕਦੀ, ਤੇ ਇਟ ਹੈਜ਼ ਟੂ ਬੀ ਵੈਰੀ ਵੈਰੀ ਰਿਲਾਇਬਲ। ਇਹ ਤਾਂ ਜਿਸ ਤਰ੍ਹਾਂ ਜਹਾਜ਼ ਹੁੰਦਾ, ਅਗਰ ਉਹ ਫਲਾਈ ਕਰ ਰਿਹਾ ਜਹਾਜ਼ ਦੇ ਵਿੱਚ ਤੁਸੀਂ ਪ੍ਰੋਬਲਮ ਐਕਸਪੈਕਟ ਨਹੀਂ ਕਰ ਸਕਦੇ। ਬਿਲਕੁਲ ਇਹ ਵੀ ਅਗਰ ਜਦੋਂ ਵਿਦ ਦਿਸ ਵਹੀਕਲ ਗੋਜ਼ ਕਿਸੇ ਦਲਦਲ ਵਾਲੇ ਇਲਾਕੇ ਚਲਾ ਗਿਆ ਜਿੱਥੇ ਬੰਦੇ ਚੱਲ ਨਹੀਂ ਸਕਦੇ, ਉੱਥੇ ਅਗਰ ਖਰਾਬ ਹੋ ਜਾਏ ਤੇ ਰਿਪੇਅਰ ਕਰਨ ਦਾ ਸਾਧਨ ਹੋਣਾ ਇਹ ਵੀ ਬਿਲਕੁਲ ਸੋਚਣਾ ਪਏਗਾ, ਕਿਉਂਕਿ ਗਲੇਸ਼ੀਅਰ ਤੇ ਤੁਸੀਂ ਚਲਾ ਰਹੇ ਹੋ, ਪਹਾੜਾਂ ਦੇ ਵਿੱਚ ਤੁਸੀਂ ਗੱਡੀ ਚਲਾ ਰਹੇ ਹੋ, ਇਹਦੀ ਕਪੈਸਿਟੀ ਦੀ ਅਸੀਂ ਥੋੜੀ ਜਿਹੀ ਗੱਲ ਕਰ ਲਈਏ, ਕਿੰਨੀ ਕਪੈਸਿਟੀ ਹੈ, ਕਿੰਨੀ ਸਟੋਰੇਜ ਕਰ ਸਕਦੇ ਹੈ ਤੇ ਕਿੰਨੇ ਕੁ ਜਿਹੜੇ ਲੋਕ ਨੇ ਉਹਦੇ ਚ ਬੈਠ। ਇਹਦੀ ਜਿਹੜੀ ਲੋਡ ਕੈਰਿੰਗ ਕਪੈਸਿਟੀ ਹੈ ਇਹ 1200 ਕਿਲੋ ਲੋਡ ਲੈ ਜਾ ਸਕਦੀ ਹੈ। ਓਕੇ, 9 ਲੋਕ ਬੈਠ ਸਕਦੇ ਨੇ ਇਹਦੇ ਅੰਦਰ। 9 ਲੋਕ, ਠੀਕ ਹੈ। ਤੇ ਇਹਦੀ ਜਿਹੜੀ ਕਸ਼ਮਤਾ ਹੈ ਪਾਣੀ ਦੇ ਕਿਸੇ ਵੀ ਡੈਪ ਵਿੱਚ ਸਵਿਮ ਕਰ ਸਕਦੀ ਹੈ, ਇਹ ਨਹੀਂ ਕਿ ਸਿਰਫ ਪਾਣੀ ਵਿੱਚੋਂ ਨਿਕਲ ਸਕਦੀ ਪਰ ਅਗਰ ਸਮੁੰਦਰ ਵਿੱਚ ਵੀ ਸਵਿਮ ਕਰ ਸਕਦੀ ਹੈ। ਓਕੇ, ਇਹਦੀ ਅਭੀ ਨੇ ਟ੍ਰਾਇਲ ਕੀਤੀ ਸੀ ਕਾਕੀਨਾੜਾ ਵਿੱਚ, ਬੇ ਆਫ ਬੰਗਾਲ ਵਿੱਚ ਟੈਸਟਿੰਗ ਵੀ ਕੀਤੀ ਹੈ। ਠੀਕ ਹੈ, ਤੇ ਉਹਦਾ ਜਿਹੜਾ ਸਟੋਰੇਜ ਹੈ, ਅਗਰ ਤੁਸੀਂ 1200 ਕਿਲੋ ਅੰਦਰ ਗੱਡੀ ਦੇ ਲੈ ਕੇ ਜਾ ਰਹੇ ਹੋ, ਇਹਦੇ ਪਿੱਛੇ ਟ੍ਰੇਲਰ ਵੀ ਲੱਗ ਜਾਂਦਾ ਹੈ ਜਿਹੜਾ 2000 ਕਿਲੋ ਹੋਰ ਟ੍ਰੇਲਰ ਵੀ ਰੱਖ ਕੇ ਖਿੱਚ ਕੇ ਲੈ ਜਾਂਦੀ ਟੋਟਲ ਵੇਟ ਐਮ ਟੀ ਵੇਟ ਜਿਹਨੂੰ ਕਰਬ ਵੇਟ ਕਹਿੰਦੇ ਨੇ, ਇਹਦਾ ਕਰਬ ਵੇਟ ਹੈ 2400 ਕਿਲੋ ਹੈ। ਠੀਕ ਹੈ, ਤੇ ਇਹਦਾ ਗ੍ਰੋਸ ਵਹੀਕਲ ਵੇਟ ਲੋਡ ਦੇ ਨਾਲ 3600 ਕਿਲੋ ਹੈ। ਠੀਕ ਹੈ ਸਰ, ਇਹਦੇ ਨਾਲ ਨਾਲ ਗਲੇਸ਼ੀਅਰ ਹੋ ਗਈ, ਪਹਾੜੀ ਏਰੀਆਜ਼ ਹੋ ਗਏ, ਹੋਰ ਕਿਤੇ ਤੇ ਇਹ ਕੰਮ ਆ ਸਕਦੇ, ਜਿੱਦਾਂ ਤੁਸੀਂ ਸਟੋਰੇਜ ਦੀ ਵੀ ਗੱਲ ਕਰ ਲਈ, ਜਾਂ ਫਿਰ ਕਿਉਂਕਿ ਇਹ ਬਹੁਤ ਹੀ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਚੀਜ਼ ਹੈ ਇੰਡੀਅਨ ਆਰਮੀ ਵਾਸਤੇ, ਔਰ ਤੁਸੀਂ ਕਿਹਾ ਕਿ ਜਿਹੜੇ ਆਫ ਰੋਡ ਹੁੰਦੇ ਆ ਉਹਨਾਂ ਦੇ ਵਾਸਤੇ, ਹੋਰ ਕਿਸ ਕਿਸ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ, ਬਹੁਤ ਇੰਪੋਰਟੈਂਟ। ਦੇਖੋ, ਇੱਕ ਵਰਡ ਯੂਜ਼ ਹੁੰਦਾ ਬੜਾ ਕਾਮਨਲੀ ਯੂਜ਼ ਕਰਦੇ, ਆਲ ਟੈਰੇਨ ਵਹੀਕਲ ਕਹਿੰਦੇ ਨੇ ਲੋਕ। ਠੀਕ ਹੈ, ਆਲ ਟ੍ਰੇਨ ਦਾ ਅਗਰ ਟੈਕਨੀਕਲ ਲਿਟਰਲੀ ਮੀਨਿੰਗ ਦੇਖੋ ਤੇ ਕੋਈ ਵੀ ਟ੍ਰੇਨ ਉਹ ਤੇ ਚੱਲਣੀ ਚਾਹੀਦੀ ਹੈ ਗੱਡੀ। ਠੀਕ ਹੈ, ਬਟ ਨਾਰਮਲੀ ਜਿੰਨੀ ਵੀ ਐਟੀਵੀਜ਼ ਹੁੰਦੀਆਂ ਨੇ ਉਹ ਹਰ ਟ੍ਰੇਨ ਤੇ ਚੱਲ ਨਹੀਂ ਸਕਦੀਆਂ, ਕਈ ਟ੍ਰੇਨ ਕਈ ਰੇਗਿਸਤਾਨ ਵਿੱਚ ਬਹੁਤ ਅੱਛਾ ਚੱਲਦੇ ਨੇ, ਕਈ ਬਰਫ਼ ਵਿੱਚ ਚੱਲਦੀਆਂ ਨੇ, ਕਈ ਦਲਦਲ ਵਿੱਚ ਚੱਲਦੀਆਂ ਨੇ, ਬਟ ਇਹ ਵਹੀਕਲ ਹੈ ਜਿਹੜੀ ਕਿ ਅਗਰ ਤੁਸੀਂ ਦੇਖਿਆ ਜਾਏ ਇਹਨੂੰ, ਤੁਸੀਂ ਇਹਨੂੰ ਰੇਗਿਸਤਾਨ ਲੈ ਜਾਓ, ਇਹ ਰੇਤ ਵਿੱਚ ਬਹੁਤ ਆਸਾਨੀ ਨਾਲ ਚੱਲਦਾ, ਈਜ਼ੀ ਚੱਲੀ, ਬਹੁਤ ਈਜ਼ੀ, ਮਤਲਬ ਇਹ ਜਿਹੜੀ ਬਣਾਵਟ ਤੁਸੀਂ ਕੀਤੀ ਹੈ ਉਹ ਬੜੇ ਤਰੀਕੇ ਦੇ ਨਾਲ ਕੀਤੀ ਹੈ, ਰੋਡ ਜਿਹੜੇ ਟਾਇਰਸ ਹੈ ਜਾਂ ਫਿਰ ਅੰਦਰ ਦਾ ਜਿਹੜਾ ਸਿਸਟਮ ਹੈ, ਇਹਨਾਂ ਨੇ ਇੱਕ ਰੀਸੈਂਟਲੀ ਇੰਡੀਅਨ ਆਰਮੀ ਨੇ ਐਕਸਰਸਾਈਜ਼ ਕੀਤੀ ਸੀ ਇੱਕ ਭਾਰਤ ਸ਼ਕਤੀ, ਜਿੱਥੇ ਉਹਨਾਂ ਨੇ ਸਾਰੀ ਨਈ ਗੱਡੀਆਂ ਡੈਮੋਸਟ੍ਰੇਟ ਕੀਤੀਆਂ ਸੀ, ਫਾਇਰ ਪਾਵਰ ਡੈਮੋਸਟ੍ਰੇਟ ਕੀਤੀ, ਉੱਥੇ ਗੱਡੀ ਨੂੰ ਵੀ ਦੇਖੇ ਗਏ ਸੀ, ਜਿੱਥੇ ਇਹ ਇਹਨਾਂ ਨੇ ਦਿਖਾਈ ਸੀ ਜਿਹੜਾ ਡਿਊਨ ਹੈ, ਡਿਊਨ ਵਾਲਾ ਇੱਕ ਰੇਗਿਸਤਾਨ ਵਿੱਚ ਡਿਊਨਸ ਹੁੰਦੇ ਨੇ, ਸਭ ਤੋਂ ਉੱਚਾ ਡਿਊਨ ਹੈ, ਉਸ ਤੇ ਚੜਾ ਕੇ ਦਿਖਾਈ ਸੀ ਉਹਨਾਂ ਨੇ, ਬਿਕੋਜ਼ ਨੋ ਕੋਈ ਹੋਰ ਗੱਡੀ ਉੱਥੇ ਜਾ ਨਹੀਂ ਸਕੀ ਸੀ, ਇਹਨੂੰ ਚੜਾ ਕੇ ਦਿਖਾਇਆ ਕਿ ਉੱਥੇ ਤੱਕ ਚੜ ਜਾਂਦੀ ਹੈ। ਇਹ ਗਲੇਸ਼ੀਅਰ ਵਿੱਚ ਵੀ ਜਾਂਦੀ ਹੈ, ਥੋੜੇ ਦਿਨ ਪਹਿਲਾਂ ਇਹ ਖਾਰਡੁੰਗਲਾ ਦੇ ਕੋਲ ਇੱਕ ਗਲੇਸ਼ੀਅਰ ਹੈ, ਹਾਈ ਓਲਟੀਚਿਊ 1750 ਫੁੱਟ ਤੇ, ਉੱਥੇ ਕੋਈ ਆਪਰੇਸ਼ਨ ਸੀਗਾ, ਉਹਦੇ 'ਚ ਵੀ ਗੱਡੀਆਂ ਗਈ ਸੀ ਹੈਲਪ ਕਰਨ ਵਾਸਤੇ, ਇੱਕੋ ਹੀ ਗੱਡੀ ਸੀ ਜਿਹੜੀ ਉੱਥੇ ਪਹੁੰਚ ਸਕੀ ਸੀ, ਕਿਉਂਕਿ ਉੱਥੇ ਪਥਰੀਲਾ ਇਲਾਕਾ ਬਹੁਤ ਹੈ, ਬਹੁਤ ਯਾਨੀ ਸਕਸੈਸ ਹੋਈ ਸੀ, ਬਹੁਤ ਸਕਸੈਸ ਹੋਈ ਸੀ। ਠੀਕ ਹੈ, ਹੁਣ ਲੇਟੈਸਟ ਹੋਰ ਵੀ ਗੱਡੀਆਂ ਦੀ ਡਿਮਾਂਡ, ਜਿਹੜੇ ਆਰਮੀ ਦੇ ਇਲਾਵਾ ਵੀ ਬਾਰਡਰ ਸਿਕਿਉਰਿਟੀ ਫੋਰਸ ਹੋ ਗਈ, ITBP ਹੋ ਗਈ, ਸਭ ਤੋਂ ਵੱਡਾ ਐਕਸਪੈਕਟੇਸ਼ਨ ਸਾਡੀ ਹੈ ਕਿ ਜਿਸ ਤਰ੍ਹਾਂ ਸਾਡੇ ਡਿਜ਼ਾਸਟਰ ਹੋ ਰਹੇ ਨੇ ਅੱਜ ਕੱਲ੍ਹ, ਫਲੱਡਸ ਆ ਰਹੇ ਨੇ, ਲੈਂਡਸਲਾਈਡਸ ਹੋ ਰਹੇ ਨੇ, ਬਿਲਕੁਲ ਨੈਸ਼ਨਲ ਡਿਜ਼ਾਸਟਰ ਰਿਜ਼ਰਵ ਜੋ ਰਿਸਪੋਂਸ ਫੋਰਸ ਹੈ NDRF, ਉਹਨਾਂ ਨੂੰ ਵੀ ਇਹਨਾਂ ਦੀ ਬਹੁਤ ਮਦਦਗਾਰ ਹੋ ਸਕਦੀ, ਡਿਜ਼ਾਸਟਰ ਤੇ ਜਾਂ ਬਾਰਡਰ ਏਰੀਆ ਤੇ ਬਹੁਤ, ਕਿਉਂਕਿ ਰੇਤੀਲਾ ਏਰੀਆ ਹੁੰਦਾ ਹੈ ਜਾਂ ਲੈਂਡਸਲਾਈਡ ਜਿਹੜੀ ਹੁੰਦੀ ਹੈ ਉਹਦੇ ਵਿੱਚ ਕਾਰਗਰ ਸਾਬਤ, ਜਿਸ ਤਰ੍ਹਾਂ ਹੁਣ ਗੁਜਰਾਤ ਵਿੱਚ ਫਲੱਡਸ ਆਏ ਸੀਗੇ, ਕਈ ਜਗ੍ਹਾ ਬੋਟਸ ਪਹੁੰਚ ਨਹੀਂ ਪਾ ਰਹੀਆਂ ਸੀ ਬਿਕੋਜ਼ ਪਾਣੀ ਦਾ ਲੈਵਲ ਘੱਟ ਸੀਗਾ ਤੇ ਡਿਸਟੈਂਸ, ਤੇ ਉਹ ਉੱਥੇ ਗੱਡੀ ਕੰਮ ਕਾਫੀ ਕਾਮਯਾਬ, ਇਹ ਜਿੱਥੇ ਪਾਣੀ ਦਾ ਲੈਵਲ ਕਮ ਹੈ ਚੱਲ ਸਕਦੀ ਹੈ, ਜਿੱਥੇ ਪਾਣੀ ਜ਼ਿਆਦਾ ਉੱਥੇ ਸਵਿਮ ਕਰ ਸਕਦੀ ਹੈ, ਤੇ ਇਹ ਨੋਟ ਓਨਲੀ ਉੱਥੇ ਜਾ ਸਕਦੀ, ਉੱਥੇ ਜਾ ਕੇ ਇਹਦੇ ਤੋਂ ਤੁਸੀਂ ਹੋਰ ਵਿੰਚ, ਜਿੱਦਾਂ ਇਹਦੇ ਵਿੰਚ ਲੱਗ ਸਕਦੀ ਹੈ, ਕੋਈ ਚੀਜ਼ ਖਿੱਚ ਕੇ ਲਿਆਉਣੀ ਹੋਏ, ਕੋਈ ਚੀਜ਼ ਹਟਾਉਣੀ ਹੋਏ, ਉਹਦੇ ਕੰਮ ਵੀ ਆ ਜਾਂਦੇ। ਡੀਜ਼ਲ ਕਪੈਸਿਟੀ ਦੀ ਅਸੀਂ ਗੱਲ ਕਰ ਲਈਏ ਸਰ, ਡੀਜ਼ਲ ਕਪੈਸਿਟੀ ਕਿੰਨੀ ਹੈ ਇਹਦੇ ਅੰਦਰ?
ਇੱਕ ਤਾਂ ਮੇਨ ਟੈਂਕ ਹੈ ਜਿਹੜਾ ਡੀਜ਼ਲ ਤੁਸੀਂ ਇੰਜਨ ਨਾਲ ਕਨੈਕਟਡ ਹੈ ਉਹ 95 ਲੀਟਰ ਦਾ ਹੈ। ਉਹਦੇ ਇਲਾਵਾ ਇਹਦੇ ਜਿਹੜੇ ਟਾਇਰ ਨੇ ਉਹਦੇ ਹਰ ਟਾਇਰ ਦੇ ਅੰਦਰ ਇੱਕ ਸਟੋਰੇਜ ਟੈਂਕ ਬਣਾਇਆ ਹੋਇਆ ਇਹਨਾਂ ਨੇ ਰਿਮ ਦੇ ਅੰਦਰ, ਟਾਇਰ ਦੇ ਅੰਦਰ ਇਹ ਜਿਹੜਾ ਰਿਮ ਹੈ ਇਹਦੇ ਅੰਦਰ ਇੱਕ ਸਟੋਰੇਜ ਟੈਂਕ ਬਣਾਇਆ ਹੋਇਆ। ਇਹ 58 ਲੀਟਰ ਹਰ ਟੈਂਕ ਵਿੱਚ ਆਉਂਦੀ ਹੈ ਅਤੇ ਤੁਹਾਡਾ ਅਪਰੋਕਸੀਮੇਟਲੀ 220 ਲੀਟਰ, 220 ਲੀਟਰ ਯਾਨੀ ਕਿ 240 ਲੀਟਰ ਇਹਦੇ 'ਚ ਟਾਇਰਸ ਦੇ ਸਪੋਰਟ ਦਿੱਤੇ ਲੈਂਦੀ, ਪਲੱਸ 95 ਲੀਟਰ ਮੇਨ ਟੈਂਕ ਕੰਟੀਨਿਊ ਹੈ। 320 ਲੀਟਰ ਡੀਜ਼ਲ, 320 325 ਲੀਟਰ ਡੀਜ਼ਲ ਇਸ ਗੱਡੀ ਜਾ ਸਕਦਾ ਹੈ। ਠੀਕ ਹੈ, ਦੈਟ ਰਫਲੀ ਉਹ ਟਰਾਂਸਲੇਟ ਕਰਦਾ ਕਿ ਤੁਸੀਂ ਇਹਨੂੰ ਅਪਰੋਕਸੀਮੇਟਲੀ 60 ਘੰਟੇ ਤੱਕ ਕੰਟੀਨਿਊ ਚਲਾ ਸਕਦੇ ਹੋ। 1200-1300 ਕਿਲੋਮੀਟਰ ਚੱਲ ਸਕਦੀ ਹੈ ਗੱਡੀ ਇਨ ਐਕਸਟ੍ਰੀਮ ਟੈਰੇਨ, ਮਤਲਬ ਜਿਹੜਾ ਦਲਦਲ ਹੋ ਗਏ, ਰੇਗਿਸਤਾਨ ਹੋ ਗਏ, ਉੱਥੇ 1200 ਕਿਲੋਮੀਟਰ ਪੈਟਰੋਲਿੰਗ ਕਰ ਸਕਦੀ ਚੱਲ ਸਕਦੀ ਹੈ। ਸਰ ਇਹਦੇ ਵਿੱਚ ਇਹ ਵੀ ਹੈ ਕੋਈ ਇੰਜਨ ਹੀਟ ਹੋਣ ਦਾ ਜਾਂ ਇਸ ਤਰ੍ਹਾਂ ਦਾ ਕੋਈ ਹਜੇ ਤੱਕ ਮਤਲਬ ਕੋਈ ਤੁਸੀਂ ਟੈਸਟਿੰਗ 'ਚ ਹੋਇਆ ਜਾਂ ਕਿ ਕੋਈ ਇਹਨੂੰ ਜ਼ਿਆਦਾ ਕਿਉਂਕਿ ਕਾਫੀ ਭਾਰੀ ਗੱਡੀ ਹੈਗਾ ਟਰੱਕ ਹੈ ਜਾਂ ਇਸ ਤਰ੍ਹਾਂ ਦਾ ਵੀ ਕੁਛ ਇਹਦੇ 'ਚ ਸਿਸਟਮ? ਇਹਦਾ ਇੰਜਨ ਕਿਉਂਕਿ ਇਹ ਦੋ ਚੀਜ਼ਾਂ ਨੇ, ਇਹਦੇ ਇੰਜਨ ਅੰਦਰ ਇਨਵਾਇਰਮੈਂਟ ਜਿਹੜਾ ਹੈ ਉਹ ਕਲੀਨ ਏਅਰ ਇਨਵਾਇਰਮੈਂਟ ਉੱਥੇ ਅੰਦਰ ਓਪਰੇਟ ਕਰ ਰਿਹਾ, ਪਲੱਸ ਇਹਦੀ ਜਿਹੜੀ ਕੂਲਿੰਗ ਸਿਸਟਮ ਅਸੀਂ ਪਲਾਨ ਕੀਤਾ ਹੈ ਉਹ ਇੰਡੀਆ ਦਾ ਟੈਂਪਰੇਚਰ ਦੇਖ ਕੇ ਪਲਾਨ ਹੋਇਆ, ਵੱਡਾ ਰੇਡੀਏਟਰ ਇਹਦਾ। ਹਾਲੇ ਤੱਕ ਤਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸਾਨੂੰ ਆਈ ਨਹੀਂ ਕਿ ਓਵਰ ਹੀਟਿੰਗ ਦੀ ਪ੍ਰੋਬਲਮ ਨਹੀਂ ਆਈ। ਇਨਫੈਕਟ ਜਿੱਥੇ ਓਪਰੇਟ ਕਰਦੀ ਹੈ ਰਾਜਸਥਾਨ ਵਿੱਚ ਉੱਥੇ ਪਲੱਸ 45 ਡਿਗਰੀ ਦੀ ਰਿਕੁਆਇਰਮੈਂਟ ਹੈ। ਉਹਦੇ ਇਲਾਵਾ ਇੰਡੀਅਨ ਆਰਮੀ ਨੂੰ ਜਿਹੜੇ ਲੇਹ ਲਦਾਖ ਸੈਕਟਰ ਵਿੱਚ ਡਿਪਲੋਏ ਕਰ ਰਹੀ ਹੈ ਉੱਥੇ ਰਿਕੁਆਇਰਮੈਂਟ ਟੈਂਪਰੇਚਰ ਕੈਨ ਗੋ ਡਾਊਨ ਟੂ -35 ਡਿਗਰੀ ਆਲਸੋ, ਅਤੇ -35 ਡਿਗਰੀ 'ਤੇ ਵੀ ਟੈਸਟ ਹੋਈ ਹੋਈ ਹੈ। ਓਕੇ, ਅਤੇ ਇਹਦਾ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹਨੂੰ 72 ਘੰਟੇ ਵਾਸਤੇ ਅਸੀਂ -15 ਡਿਗਰੀ ਸੋਕ ਕਰਕੇ ਰੱਖਿਆ ਸੀ ਇਨ ਮਾਨੇਸਰ, ਇਹਦਾ ਸੈਂਟਰ ਹੈ, ਟੈਸਟਿੰਗ ਸੈਂਟਰ ਹੈ। ਉਹਦੇ ਬਾਅਦ ਪਹਿਲੀ ਸੈਲਫ ਇਸ ਗੱਡੀ ਸਟਾਰਟ ਹੋਈ ਸੀ, ਯਾਨੀ ਕਿ ਉਹ ਵੀ ਬਿਲਕੁਲ ਓਕੇ ਹੈ ਕਿਸੇ ਵੀ ਤਰ੍ਹਾਂ ਦੀ, ਚਾਹੇ ਉਹ ਪਲੱਸ ਹੋ। ਓਰੀਜਨਲੀ ਗੱਡੀ ਜਿਹੜੀ ਡਿਜ਼ਾਈਨ ਹੋਈ ਹੈ ਇਹ ਹੋਈ ਹੈ ਸਾਈਬੇਰੀਅਨ ਇਲਾਕੇ ਵਾਸਤੇ ਜਾਂ ਅੰਟਾਰਕਟਿਕ ਵਾਸਤੇ, ਉੱਥੇ ਟੈਂਪਰੇਚਰ ਬਹੁਤ ਲੋ ਚਲੇ ਜਾਂਦੇ ਨੇ। ਇਹਦੇ ਅੰਦਰ ਇੱਕ ਆਪਣਾ ਆਟੋਨੋਮਸ ਹੀਟਰ ਵੀ ਹੈ, ਅਗਰ ਇੰਜਨ ਬੰਦ ਵੀ ਕਰ ਦਿਉ ਤਾਂ ਇੱਕ ਹੀਟਿੰਗ ਯੂਨਿਟ ਹੈ ਜਿਹੜਾ ਕਿ ਡੀਜ਼ਲ 'ਤੇ ਹੀ ਚੱਲਦਾ, ਉਹ ਗੱਡੀ ਨੂੰ ਅੰਦਰੋਂ ਗਰਮ ਰੱਖਦਾ ਹੈ, ਇੰਜਨ ਨੂੰ ਗਰਮ ਕਰਨਾ ਹੋਏ ਬਾਈ ਚਾਂਸ ਸਪੋਜ਼ ਕਰੋ ਕੋਈ ਕਿਤੇ ਕੋਈ ਇਸ ਤਰ੍ਹਾਂ ਦੀ ਠੰਡਿਆ ਗਲੇਸ਼ੀਅਰ ਹੈ ਜਾਂ ਤੁਸੀਂ ਰੁਕੇ ਹੋਏ ਹੋ, ਤੁਸੀਂ ਅਤੇ ਉੱਥੇ ਤੁਸੀਂ ਇਹਨੂੰ ਹੀਟਰ ਨੂੰ ਆਨ ਕਰਕੇ ਰਾਤ ਘਟਾ ਸਕਦੇ ਹੋ ਅਤੇ ਗੱਡੀ ਇੰਜਨ ਆਨ ਕਰਨ ਦੀ ਲੋੜ ਨਹੀਂ ਤੁਹਾਨੂੰ ਸਰ, ਲੇਕਿਨ ਉਹ ਹੀਟਿੰਗ ਜਿਹੜਾ ਹੈਗਾ ਉਹ ਰਹੇ। ਅਤੇ ਸਰ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀ ਇਹਦੀ ਹੋਰ ਵੇਰੀਐਂਟਸ ਆਉਣਗੇ, ਇਹਦੇ ਬਾਅਦ ਇਹਦੇ ਨਾਲੋਂ ਥੋੜ੍ਹੀ ਹੋਰ ਮਿਲਦੀ ਜੁਲਦੀ ਇਸੀ ਸੇਮ ਟੈਕਨੋਲੋਜੀ ਵਾਲੀ ਡਿਫਰੈਂਟ ਸਾਈਜ਼ ਡਿਫਰੈਂਟ ਕੇਪੇਬਿਲਟੀ ਵਾਲੀ ਗੱਡੀਆਂ ਬਣਾਈ ਜਾਣਗੀਆਂ। ਅਤੇ ਇੰਡੀਅਨ ਆਰਮੀ ਨੇ ਬੜਾ ਇਸਨੂੰ ਪਸੰਦ ਕੀਤਾ ਹੈ ਅਤੇ ਇਹਦੇ ਆਰਡਰ ਵੀ ਹੋਏ ਹੈ ਅਤੇ ਹੋਰ ਅੱਗੇ ਵੀ ਜਿਹੜੀ ਇਹ ਜਾ ਰਹੀ ਹੈ ਕਿਉਂਕਿ ਲੱਗਿਆ ਪਤਾ ਕਿ UNA ਦੇ ਜਿਹੜੇ ਸਾਡੇ ਇੰਡੀਅਨ ਆਲਰੇਡੀ ਯੂਜ਼ ਕਰ ਰਹੀ ਇਸ ਗੱਡੀ ਨੂੰ, ਬਿਕੋਜ਼ ਉਹਨਾਂ ਨੇ ਇਨਫੈਕਟ ਉਹ ਯੂਨਾਈਟਿਡ ਨੇਸ਼ਨ ਆਪਣੇ ਵਰਲਡ ਫੂਡ ਪ੍ਰੋਗਰਾਮ ਵਿੱਚ ਯੂਜ਼ ਕਰਦੀ ਇਸਨੂੰ, ਬਹੁਤ ਐਕਸਟੈਂਸਿਵਲੀ ਯੂਜ਼ ਕਰ ਰਹੀ ਹੈ ਅਤੇ ਹੁਣ ਇੰਡੀਅਨ ਆਰਮੀ ਵੀ ਇਹਨੂੰ ਕੰਸਿਡਰ ਕਰ ਰਹੀ ਹੈ ਯੂਨਾਈਟਿਡ ਨੇਸ਼ਨ ਵਾਸਤੇ ਉਹਨਾਂ ਦੀ ਡਿਪਲੋਇਮੈਂਟ ਵਾਸਤੇ ਲੈ ਕੇ ਜਾਣ ਵਾਸਤੇ, ਅਤੇ ਉਹਦਾ ਵੀ ਅਸੀਂ ਬਿਡ ਕੀਤਾ ਹੈ। ਠੀਕ ਹੈ, ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਕਾਫੀ ਚੀਜ਼ਾਂ ਨੂੰ ਵੇਖਦੇ ਹੋਏ ਬਹੁਤ ਹੀ ਤਰੀਕੇ ਦੇ ਨਾਲ ਇਸ ਨੂੰ ਅਸੈਂਬਲ ਕੀਤਾ, ਇੱਕ ਇੱਕ ਪਾਰਟ ਜਿੱਦਾਂ ਸਰ ਨੇ ਦਿਖਾਇਆ, ਸਟੇਜ 1, 2, 3, 4 ਵੱਖ ਵੱਖ ਜਿਹੜੀ ਟੀਮਸ ਨੇ, ਪ੍ਰੋਡਕਸ਼ਨ ਟੀਮ ਅਲੱਗ ਹੈ, ਇਲੈਕਟ੍ਰੀਕਲ ਟੀਮ ਅਲੱਗ ਹੈ, ਔਰ ਬਿਲਕੁਲ ਜਿਹੜੇ ਟੈਕਨੀਕਲ ਪਾਰਟਸ ਨੇ, ਔਰ ਇਹ ਪੂਰੀ ਟੈਸਟਿੰਗ ਹੋਈ ਹੈ ਔਰ ਇਹ ਬਹੁਤ ਹੀ ਕਾਰਗਰ ਸਾਬਿਤ ਹੋਈ ਹੈ ਇੰਡੀਅਨ ਆਰਮੀ, ਕਿਉਂਕਿ ਜਿਹੜੀ ਜਿਸ ਤਰ੍ਹਾਂ ਦੀ ਗਲੇਸ਼ੀਅਰ ਹੁੰਦੇ ਜਾਂ ਪਹਾੜੀ ਏਰੀਆ ਹੁੰਦੇ ਜਾਂ ਫਿਰ ਪਾਣੀ, ਇਹ ਬਹੁਤ ਹੀ ਸਕਸੈਸ ਹੈ ਕਿਉਂਕਿ ਕਈ ਟੈਸਟਿੰਗ ਇਹਦੀ ਹੋਈ ਹੈ, ਇੰਡੀਅਨ ਆਰਮੀ ਨੇ ਇਹਦੀ ਟੈਸਟਿੰਗ ਕੀਤੀ ਹੈ ਔਰ ਇਹਦੇ ਵਿੱਚ ਪੂਰਾ ਇਹ ਸਕਸੈਸ ਹੋਈ ਹੈ, ਕਿਉਂਕਿ ਇਹਦੇ ਜਿਸ ਤਰ੍ਹਾਂ ਦੇ ਟਾਇਰ ਨੇ ਕਾਫੀ ਪਕੜ ਹੈ, ਗਲੇਸ਼ੀਅਰ ਦੀ ਅਸੀਂ ਗੱਲ ਕਰ ਲਈ ਔਰ ਜਿੱਦਾਂ ਸਰ ਨੇ ਵੀ ਦੱਸਿਆ ਕਿ ਇੱਕ ਇੱਕ ਪੁਆਇੰਟ ਤੇ ਪੂਰਾ ਟੈਸਟਿੰਗ ਕੀਤੀ ਜਾਂਦੀ ਹੈ ਔਰ ਇਹਦੇ ਵਿੱਚ ਮੇਨ ਅਹਿਮ ਇਹ ਗੱਲ ਹੈ ਕਿ ਪੂਰਾ ਇਸ ਨੂੰ ਹਰ ਥਾਂ ਤੇ, ਚਾਹੇ ਉਹ ਪਲੱਸ ਡਿਗਰੀ ਹੋਵੇ ਚਾਹੇ ਉਹ ਮਾਈਨਸ ਹੋਵੇ, ਹਰ ਥਾਂ ਤੇ ਇਹ ਸਕਸੈਸ ਹੈ ਔਰ ਇਸੇ ਕਰਕੇ ਇੰਡੀਅਨ ਆਰਮੀ ਦੀ ਇਹ ਪਸੰਦ ਬਣੀ ਹੈ ਤੇ ਹੁਣ ਇਹ ਜਿੰਨੇ ਵੀ ਸਾਡੇ
ਖਾਸ ਤੌਰ ਤੇ ਜਿਹੜੇ ਬਾਰਡਰਸ ਏਰੀਆ ਨੇ, ਗਲੇਸ਼ੀਅਰ ਏਰੀਆ ਨੇ ਜਾਂ ਫਿਰ ਪਹਾੜੀ ਰੇਗਿਸਤਾਨ ਨੇ ਜਿੱਥੇ ਇੰਡੀਅਨ ਆਰਮੀ ਹੁੰਦੀ ਹੈ, ਦਿੱਕਤਾਂ ਉਹਨੂੰ ਆਉਂਦੀ ਹੈ, ਜਿਹੜੇ ਟਰੱਕ ਫਸ ਜਾਂਦੇ ਜਾਂ ਫਿਰ ਹੋਰ ਉਹਨਾਂ ਦੀ ਗੱਡੀਆਂ ਨਹੀਂ ਜਾ ਸਕਦੀ, ਉਹਦੇ ਵਿੱਚ ਇਹ ਗੱਡੀ ਕਾਰਗਰ ਸਾਬਿਤ ਹੋ ਰਹੀ ਹੈ ਤੇ ਲਗਾਤਾਰ ਹੁਣ ਇੰਡੀਅਨ ਆਰਮੀ ਵੀ ਇਸ ਨੂੰ ਯੂਜ਼ ਕਰੀ ਤਾਂ ਕਹਿ ਸਕਦੇ ਹੈ ਕਿ ਹੁਣ ਇਹ ਜਿਹੜੀ ਇਹਦੀ ਅਸੈਂਬਲਿੰਗ ਹੋਈ ਹੈ, ਮੈਨੂਫੈਕਚਰਿੰਗ ਜਿਹੜੀ ਕੀਤੀ ਜਾ ਰਹੀ ਹੈ, ਪੂਰਾ ਇੱਕ ਇੱਕ ਪੁਆਇੰਟ ਤੇ ਵੇਖਦੇ ਹੋਏ ਇੱਕ ਇੱਕ ਪੁਆਇੰਟ ਤੇ ਜਿਹੜੀ ਚੀਜ਼ਾਂ ਨੂੰ ਅਸੈਂਬਲ ਕਰਕੇ ਪ੍ਰੋਡਕਸ਼ਨ ਟੀਮ ਆਪਣੀ ਤਸੱਲੀ ਕਰਕੇ ਕਰਨ ਤੋਂ ਬਾਅਦ ਇਹ ਇਸ ਨੂੰ ਅੱਗੇ ਭੇਜ ਰਹੀ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।